ਇਹ ਜੀ ਅਸੀਂ ਚਾਰ ਦੋਸ਼ੀ ਫੜੇ ਨੇ। ਇਹਨਾਂ ਦੇ ਨਾਭੇ ਸ਼ਹਿਰ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਹਨਾਂ ਨੇ ਕਈ ਦੁਕਾਨਾਂ ਦੇ ਸ਼ਟਰ ਤੋੜੇ ਵੀ ਨੇ ਗੇ, ਤੋੜਨ ਦੀ ਕੋਸ਼ਿਸ਼ ਵੀ ਕੀਤੀ। ਇੱਕ ਪਿੱਛੇ ਜੇ ਵੀਡੀਓ ਵੀ ਆਈ ਸੀਗੀ। ਅਤੇ ਕਈ ਇਹਨਾਂ ਨੇ ਮੋਟਰਸਾਈਕਲ ਅਤੇ ਚੋਰੀ ਕੀਤੇ ਨੇ ਅਤੇ ਮੋਬਾਈਲ ਸਨੈਚ ਕੀਤੇ ਨੇ। ਅਸੀਂ ਇਹਨਾਂ ਚਾਰ ਦੋਸ਼ੀ ਅਸੀਂ ਫੜੇ ਨੇ ਇਹ, ਜਿਨ੍ਹਾਂ ਵੱਲੋਂ ਸਾਨੂੰ ਚਾਰ ਮੋਟਰਸਾਈਕਲ ਅਤੇ ਤਿੰਨ ਇਹਨਾਂ ਤੋਂ ਮੋਬਾਈਲ ਫੋਨ ਬਰਾਮਦ ਹੋਏ ਨੇ। ਅਤੇ ਇਹਨਾਂ ਤੋਂ ਜਿਹੜੇ ਵੈਪਨ ਨੇ, ਜਿਹੜੇ ਖਪਰੇ ਨਾਲ ਲਈ ਫਿਰਦੇ ਸੀਗੇ, ਜਿਨ੍ਹਾਂ ਨਾਲ ਇਹ ਲੋਕਾਂ ਨੂੰ ਮਤਲਬ ਦਿਖਾ ਕੇ ਉਹਨਾਂ ਨੂੰ ਡਰਾ ਕੇ ਇਹ ਸਨੈਚ ਕਰਦੇ ਸੀਗੇ, ਉਹ ਇਹਨਾਂ ਤੋਂ ਵੈਪਨ ਰਿਕਵਰ ਕੀਤੇ ਨੇ। ਕਿੱਥੇ ਦੇ ਨੇ ਜੀ ਇਹ ਚਾਰੇ? ਇਹ ਨਾਭਾ ਦੇ ਵਸਨੀਕ ਨੇ ਜੀ ਚਾਰੋ। ਇਹਨਾਂ ਦੀ ਉਮਰ 25-26 ਸਾਲ ਦੀ ਆ, ਆਲਮੋਸਟ ਮਤਲਬ 30 ਸਾਲ ਦੇ ਕਰੀਬ ਨੇ ਇਹ ਸਾਰੇ ਦੋਸ਼ੀ। ਅੱਛਾ, ਮੋਟਰਸਾਈਕਲ ਇਹਨਾਂ ਦੇ ਆਪਦੇ ਨਹੀਂ ਹੈਗਾ? ਇਹ ਚੋਰੀ ਦੇ ਮੋਟਰਸਾਈਕਲ ਨੇ ਜੀ, ਇਹਨਾਂ ਚਾਰ ਦੇ ਚਾਰੇ ਚਾਰੇ ਮੋਟਰਸਾਈਕਲ ਚੋਰੀ ਦੇ ਨੇ। ਮੇਨ ਮੇਨ ਚੋਰੀਆਂ ਕਿੱਥੇ ਕੀਤੀਆਂ ਨੇ? ਮੇਨ ਮੇਨ ਚੋਰੀਆਂ ਜੀ ਇਹਨਾਂ ਨੇ, ਇੱਕ ਤਾਂ ਪਟਿਆਲਾ ਗੇਟ ਨਾਭਾ ਸ਼ਟਰ ਤੋੜਿਆ ਸੀਗਾ ਜੀ ਇਹਨਾਂ ਨੇ ਉੱਥੋਂ, ਅਤੇ ਇੱਕ ਪਿੱਛੇ ਵੀਡੀਓ ਲੇਡੀਜ਼ ਤੋਂ ਇਹਨਾਂ ਨੇ ਮੋਬਾਈਲ ਫੋਨ ਚੋਰੀ ਕੀਤਾ ਸੀਗਾ ਬੱਸ ਸਟੈਂਡ ਦੇ ਕੋਲੋਂ, ਉਹ ਇਹਨਾਂ ਕੋਲੋਂ ਰਿਕਵਰ ਹੋਇਆ। ਅਤੇ ਦੋ ਫੋਨ ਹੋਰ ਇਹਨਾਂ ਦੇ ਇੱਦਾਂ ਹੀ ਸੀਗੇ ਜਿਹੜੇ ਇਹਨਾਂ ਨੇ ਸਨੈਚ ਕੀਤੇ ਹੋਏ ਸੀਗੇ, ਅਤੇ ਕਾਫੀ ਮਤਲਬ ਇਹ ਐਕਟਿਵ ਚੱਲ ਰਹੇ ਸੀਗੇ। ਅਤੇ ਇਹਨਾਂ ਨੂੰ ਚਾਰਾਂ ਨੂੰ ਅਸੀਂ ਡਿਟੇਨ ਕੀਤਾ। ਇਹ ਹਾਂਜੀ ਇਹ ਨਸ਼ੇ ਦੇ ਆਦੀ ਨੇ। ਕੀ ਸਟੇਟਸ ਕੀ ਹੈ ਜੀ ਇਹਨਾਂ ਦਾ? ਪਹਿਲਾਂ ਵੀ ਕੋਈ ਹੈਗਾ ਕ੍ਰਿਮੀਨਲ? ਇਹਨਾਂ ਦੇ ਪਹਿਲਾਂ ਵੀ ਜੀ ਪਰਚੇ ਨੇ, ਸਨੈਚਿੰਗ ਦੇ ਪਰਚੇ ਨੇ ਜੀ ਇਹਨਾਂ ਦੇ ਪਹਿਲਾਂ। ਹੁਣ ਕੀ ਫਰਦਰ ਕਰਦੇ ਜੀ? ਫਰਦਰ ਜੀ ਇਹਨਾਂ ਦੇ ਮੁਕੱਦਮਾ ਦਰਜ ਕੀਤਾ ਜੀ ਅਸੀਂ, ਸਖ਼ਤ ਧਾਰਾਵਾਂ ਲਾਈਆਂ ਨੇ। ਅਤੇ ਇਹਨਾਂ ਨੂੰ ਹੁਣ ਅੱਜ ਇਹਨਾਂ ਦਾ ਜੁਡੀਸ਼ਲ ਰਿਮਾਂਡ ਇਹਨਾਂ ਨੂੰ ਭੇਜਿਆ ਜਾਊਗਾ। 3 ਦਿਨ ਦਾ ਪੁਲਿਸ ਰਿਮਾਂਡ ਸੀਗਾ ਇਹਨਾਂ ਦਾ ਸਾਡੇ ਕੋਲ। ਲੋਕਾਂ ਨੂੰ ਰਾਹਤ ਮਿਲੇ ਜੀ ਕਾਫੀ, ਜਿਹੜੇ ਹੈਗਾ ਖੌਫ ਸੀ ਪਾਇਆ ਹੋਇਆ ਸੀ? ਇਹ ਲੋਕਾਂ ਨੂੰ ਮੇਰਾ ਆਸ਼ਵਾਸਨ ਆ ਮੇਰੇ ਵੱਲੋਂ ਵੀ ਜਲਦੀ ਹੀ ਜਿੰਨੇ ਵੀ ਬਾਕੀ ਰਹਿੰਦੇ ਚੋਰ ਨੇ ਉਹਨਾਂ ਨੇ ਸਖ਼ਤ ਕਾਰਵਾਈ ਕਰਕੇ ਉਹਨਾਂ ਨੂੰ ਛੇਤੀ ਜੇਲ੍ਹ ਦੇ ਅੰਦਰ ਭੇਜਿਆ ਜਾਊਗਾ। ਅਤੇ ਇਹਨਾਂ ਨੂੰ ਸਨੈਚਰਾਂ ਨੂੰ ਮੇਰੀ ਸਖ਼ਤ ਹਦਾਇਤ ਆ ਵੀ ਜਿਹੜੇ ਵੀ ਇਹ ਨਸ਼ਾ ਕਰਦੇ ਨੇ ਉਹਨਾਂ ਨੂੰ ਸਾਡੇ ਵੱਲੋਂ ਅਤੇ ਮਾਣਯੋਗ ਸਰਕਾਰ ਵੱਲੋਂ ਰਜਿੰਦਰਾ ਹੋਸਪਿਟਲ ਦੇ ਵਿੱਚ ਨਸ਼ਾ ਛਡਾਓ ਕੇਂਦਰ ਆ, ਅਸੀਂ ਉਹਨਾਂ ਦੇ ਦਾਖਲ ਕਰਾਵਾਂਗੇ ਆ, ਫਰੀ ਆਫ ਕੋਸਟ ਕਰਾਵਾਂਗੇ। ਜੇਕਰ ਨਾਭਾ ਸ਼ਹਿਰ ਦੇ ਵਿੱਚ ਇਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਤਾਂ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ।